ਮਨੋ ਕੀ ਅਸੀਂ ਸਤਕਾਲ ਆਣ ਲੈ ਬੈਠੇ ਆ ਮੰਗਣਾ ਲੈ ਆ ਅਸੀਂ ਮੈਂਨੇ ਆਪਕੇ ਤਾਰੀਫ ਕੀ ਹੈ ਤਾਰੀਫ ਕੜੀ ਕੀਤੀ ਹੈ ਇਹ ਕਿਹਾ ਕੇ ਉਸ ਬਾਦ ਕੀ ਕਿਹਾ ਹੈ ਵੈਸੇ ਵੀ ਤੂੰ ਖਿਲਾਤੇ ਹੀ ਆ ਤੇ ਇਹ ਵੀ ਤੂੰ ਕਹਾ ਹੈ ਨਾ ਕਿ ਪੁਲਿਸ ਵੀ ਹਮਾਰੀ ਹੈ ਕਿਆਦੀਆਂ ਦੀ ਗੱਲ ਕਰੋ ਪੁਲਿਸ ਦੀ ਗੱਲ ਕਿਉਂ ਕਰਨ ਡਿਆ ਸਰ ਜੀ ਹਾਂ ਹੁਣ ਦੱਸੋ ਕੀ ਕਰਾਂ ਮੈਂ ਸਸਪੈਂਡ ਹੀ ਹੋਣਾ ਤੂੰ ਨਹੀਂ ਸਰ ਜੀ ਤੈਨੂੰ ਕੀ ਲੋੜ ਸੀ ਟਿਕਟੋਕ ਬਣਾਉਣ ਦੀ ਉਹ ਵੀ ਵਰਦੀ ਦੇ ਵਿੱਚ ਵੈਸੇ ਤੂੰ ਬਣਾਉਂਦੀ ਠੀਕ ਹੈ ਲੇਕਿਨ ਵਰਦੀ ਟਿਕਟੋਕ ਬਣਾਇਆ ਤੇ ਬਣਾਇਆ ਵੀ ਜੁਬਨ ਜੋ ਪਠਾਨ ਮੇਰੀ ਜਾਨ ਮਹਿਫਲੀ ਲੁੱਟ ਜਾਏ सर जी एक तो मैं जज्बाती हो गई दूसरा सुनो ना ट्रेंडिंग च सी हो गाना ट्रेंडिंग ही सी तन्ने पता रे बड़े अफसर दी नजर पै जांदी हुंदी है सर जी उस से तो मैं आ गई हां पर मेरी फैन फॉलोइंग बड़ी है 1.5 मिलियन तू फॉलोअर बढ़ा नहीं सन बड़े अफसर ने तो ब्लॉक कर सर जी उन गलती हो गई की करा ये आप सरजनिश कर रहे हैं या उसको हौसला बढ़ा रहे हैं नहीं नहीं मैं सर्कलिश नहीं कर रहा मैं खारिज कर रहा हूं आप उसको पक्का सस्पेंड करवाएंगे चांदी सस्पेंड ना हो मैं हां एक दिन बना

महंगाई इतनी ज्यादा है कि सिर्फ लाहौर में जब इकतीस रमजान बाजारों का तखमी लगाया गया तो वो पैंसठ करोड़ बनता था और पूरे पंजाब में जब तीन सौ ग्यारह रमजान बाजारों का तखमी लगाया गया

ਕੀੜੀ ਪਰ ਨਹੀਂ ਮਾਰੀ। ਇਨਕੋ ਕਿਸਨੇ ਮਾਰਿਆ? ਲਾਨਤ ਤੇਰੀ ਜ਼ਿੰਦਗੀ ਦੇ ਉੱਤੇ ਕੋਈ ਹੋਰ ਬਾਦਲਾ ਗੱਲ। ਮੈਂ ਖਬਰੇ ਤੇ ਕੀ ਗੱਲਾਂ ਕਰਨ ਡਿਆ ਸੀ? ਸਾਹਿਬ ਜੀ ਆਪੇ ਹੀ ਕਹਿੰਦੇ ਹੋ ਸੱਚ ਬੋਲਿਆ ਕਰੋ। ਸੱਤ ਮੇਰੇ ਸਾਹਮਣੇ ਆ ਤੋ ਥੱਲੇ ਬੋ ਥੱਲੇ ਬੋ ਥੱਲੇ ਬੋ। ਗਰੀਬੂ ਨੂੰ ਕਿਸ ਤਰ੍ਹਾਂ ਸੇ ਟ੍ਰੀਟ ਕਰ ਰਹੇ ਹੈ। ਪਹਿਲੇ ਉਹ ਤਕਲੀਫ ਸੇ ਹੋ ਕੇ ਆਏ ਆਂ ਆਟੇ ਕੀ ਲਾਈਨੋ ਮੇ ਲਗੇ ਰਹੇ ਫਿਰ ਉਨਕੋ ਨੀਚੇ ਬਿਠਾ ਰਹੇ। ਮਤਲਬ ਗੱਡੀ ਕੱਢਾ ਇਹਨਾਂ ਨੂੰ ਹਸਪਤਾਲ ਲੈ ਜਾਵਾਂ ਪਹਿਲੇ। ਇਹ ਮਸਲਾ ਕੀ ਹੈ? ਇਹਨੇ ਮੈਨੂੰ ਮਾਰਿਆ ਤਾਂ ਮੈਂ ਇਹਨੂੰ ਮਾਰਿਆ ਇਹਦਾ ਬੇੜਾ ਤਰ ਜੇ। ਮੇਰੀਆਂ ਅੱਖਾਂ ਦੇ ਸਾਹਮ ਉਸ ਤੋਂ ਬਾਅਦ ਦੇ ਵਿੱਚ ਇਹਨੇ ਗਸ਼ੀ ਆਪਣੇ ਆਪ ਨੂੰ ਪਾਈ ਏ ਮੈਨੂੰ ਕਹਿ ਰਿਹਾ ਪਾਣੀ ਪਾਣੀ ਮੈਂ ਪਾਣੀ ਲੈਣ ਗਿਆ ਆਪਣਾ ਤੋੜਾ ਰੱਖ ਕੇ ਵਾਪਸ ਆਇਆ ਨਾ ਇਹ ਸੀ ਨਾ ਮੇਰਾ ਤੋੜਾ ਸੀ ਤੂੰ ਦੱਸ ਬਾਈ ਇਹ ਜੀ ਚਾਰ ਤੋੜੇ ਆਟੇ ਦੇ ਲੈ ਗਿਆ ਮੋਤੀਆਂ ਲੈ ਉਹ ਤੋਂ ਅੱਠ ਬੱਚੇ ਨਾਲ ਲੈ ਆ ਨਾਲ ਇਹਦੀ بیوی ਸੀ ਨਾਲੇ ਆਪ ਸੀ ਸਾਹਿਬ ਜੀ ਮੈਂ ਦੱਸਣਾ ਸਟੋਰੀ ਇਹ ਗਵਰਨਮੈਂਟ ਚਿਪ ਤੋਂ ਬਗੈਰ ਦੇ ਨਹੀਂ ਦਿੰਦੀ ਆਟਾ ਇਹ ਕਿਵੇਂ 8 ਤੋੜੇ ਲੈ ਗਏ 10 ਦਿਨ ਬਾਅਦ ਇੱਕ ਤੋੜਾ ਲੱਭਦਾ ਆਟੇ ਦਾ हेलो एवरीबडी अगर आपने टीवी के ऊपर हमारा शो मस्तियाँ मिस कर दिया है तो यू स्टिल हैव अ चांस आप जाएं हमारे यूट्यूब चैनल पे, हमारे चैनल को भी सब्सक्राइब करें और दबाएं बेल आइकन का बटन ताकि जो लेटेस्ट एपिसोड हैं वो भी आपको मिलते रहें गो देयर एंड एंजॉय मस्तियाँ